are watching Channel Y, Channel Y, a South Asian Canadian channel. ਲੁਧਿਆਣਾ ਵਿੱਚ ਕਈ ਥਾਵਾਂ ਤੇ ਪਰਾਲੀ ਨੂੰ ਲਗਾਤਾਰ ਲਾਈ ਜਾ ਰਹੀ ਅੱਗ ਅਤੇ ਦੀਵਾਲੀ ਮੌਕੇ ਪਟਾਕਿਆਂ ਨੂੰ ਅੱਗ ਲਾਉਣ ਕਾਰਨ ਪ੍ਰਦੂਸ਼ਣ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਨਾਲ ਹੀ ਹਵਾ ਦੀ ਕੁਆਲਿਟੀ ਵੀ ਘਟ ਗਈ ਹੈ ਜਿਸ ਕਾਰਨ ਲੋਕਾਂ ਨੂੰ ਅੱਖਾਂ 'ਚ ਜਲਣ, ਸਾਹ ਲੈਣ 'ਚ ਤਕਲੀਫ ਹੋ ਰਹੀ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਪ੍ਰਦੂਸ਼ਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਉੱਥੇ ਹੀ ਦੂਜੇ ਪਾਸੇ ਹਸਪਤਾਲ ਪਹੁੰਚੇ ਮਰੀਜ਼ਾਂ ਨੇ ਵੀ ਦੱਸਿਆ ਕਿ ਅੱਖਾਂ 'ਚ ਜਲਣ, ਚਮੜੀ ਰੋਗ ਅਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਕਾਰਨ ਕਾਫੀ ਸਮੱਸਿਆਵਾਂ ਹੋ ਰਹੀਆਂ ਨੇ। ਪ੍ਰਦੂਸ਼ਣ ਕਰਕੇ ਸਰ ਜੋ ਐਲਰਜੀ ਹੋ ਰਹੀ ਹੈ, ਅੱਖਾਂ 'ਤੇ ਖਿੱਚਿੰਗ ਹੋ ਰਹੀ ਹੈ, ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕਿ ਪ੍ਰਦੂਸ਼ਣ ਬਰਦਾਸ਼ਤ ਨਹੀਂ ਹੋ ਰਿਹਾ। ਹੁਣ ਆਉਂਦੇ ਆਉਂਦੇ ਇੱਦਾਂ ਲੱਗ ਰਿਹਾ ਸੀ ਜਿਵੇਂ ਧੂੰਆਂ ਹੀ ਧੂੰਆਂ ਹੋ ਰਿਹਾ ਸੀ ਚਾਰੇ ਪਾਸੇ। ਸਰ ਸਾਨੂੰ ਤਾਂ ਕਾਫੀ ਦਿਨ ਹੋ ਗਏ ਆਉਂਦੇ ਆਉਂਦੇ ਲਗਾਤਾਰ, ਲੇਕਿਨ ਇੱਥੇ ਜੋ ਵੀ ਸ਼ੋਰ ਸ਼ਰਾਬਾ ਟਾਈਮ ਹੀ ਡਾਕਟਰ ਉਦੋਂ ਲੱਗ ਰਿਹਾ 15 ਘੱਟੋ ਘੱਟ 150-200 ਬੰਦਾ ਨਿਕਲ ਚੁੱਕਿਆ ਇਸ ਤਰ੍ਹਾਂ ਹੀ ਕਿ ਜਾ ਚੁੱਕਿਆ, ਕਿਸੇ ਨੂੰ ਦੇਖਣ ਦਾ ਟਾਈਮ ਹੀ ਨਹੀਂ ਲੱਗ ਰਿਹਾ ਡਾਕਟਰਾਂ ਕੋਲ। ਇੰਨੀ ਕੁ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਬਹੁਤ। ਸਰ ਨਿੱਕੇ ਨਿੱਕੇ ਬੱਚਿਆਂ ਨੂੰ ਐਲਰਜੀ ਹੋ ਰਹੀ ਹੈ ਪ੍ਰਦੂਸ਼ਣ ਤੋਂ, ਇੰਨਾ ਕੋਈ ਉਹਦਾ ਕੋਈ ਹੈ ਹੀ ਨਹੀਂ ਹੱਲ। ਹੋਰ ਪਰਾਲੀ ਨੂੰ ਅੱਗ ਲਾਉਣ ਲਈ ਅਸੀਂ ਇੰਨੀ ਰੋਕ ਲਾਈ ਹੋਈ ਹੈ, ਫਿਰ ਵੀ ਸਰਕਾਰ ਦਾ ਕੋਈ ਉਹ ਨਹੀਂ ਹੈਗਾ, ਕੁਛ ਨਹੀਂ ਕਰ ਰਹੀ। ਉੱਥੇ ਹੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਵਿਨਾਸ਼ ਜਿੰਦਲ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਕਾਰਨ ਅਤੇ ਬੀਤੇ ਦਿਨੀ ਚਲਾਏ ਗਏ ਪਟਾਕਿਆਂ ਕਾਰਨ ਲੁਧਿਆਣਾ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਵੱਧ ਗਿਆ, ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ। ਡਾਕਟਰ ਅਵਿਨਾਸ਼ ਜਿੰਦਲ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਲੁਧਿਆਣਾ। ਤੇ ਜੋ ਤੁਸੀਂ ਕਹਿ ਰਹੇ ਹੋ ਵੀ ਮੌਸਮ ਦੇ ਵਿੱਚ ਧੂੰਆਂ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ, ਅਤੇ ਉਹ ਧੂੰਆਂ ਜਿਹੜਾ ਜਾਂ ਤਾਂ ਪਰਾਲੀ ਸਾੜ ਰਹੇ ਨੇ ਕਿਸਾਨ ਲੋਕ ਖੇਤਾਂ 'ਚ, ਜਾਂ ਪਿਛਲੇ ਦਿਨਾਂ 'ਚ ਦੀਵਾਲੀ ਹੋਣ ਕਰਕੇ ਲੋਕਾਂ ਨੇ ਪਟਾਕੇ ਬਹੁਤ ਚਲਾਏ ਨੇ, ਇਸ ਕਰਕੇ ਧੂੰਆਂ ਜਿਹੜਾ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ। ਅਤੇ ਇਸ ਕਰਕੇ ਜਿਹੜੇ ਸਾਹ ਦੇ ਦਮੇ ਦੇ ਮਰੀਜ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਕਿਉਂਕਿ ਇਹਦੇ ਨਾਲ ਹਵਾ ਦੇ ਵਿੱਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ, ਅਤੇ ਸਾਹ ਵਾਲੇ ਮਰੀਜ਼ਾਂ ਨੂੰ ਪਹਿਲਾਂ ਹੀ ਆਕਸੀਜਨ ਦੀ ਘਾਟ ਹੁੰਦੀ ਹੈ, ਉਹ ਬਹੁਤ ਔਖੀ ਕੱਟ ਰਹੇ ਨੇ, ਅਤੇ ਉਹਨਾਂ ਨੂੰ ਦਵਾਈ ਦੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ। ਕਈ ਮਰੀਜ਼ ਦਾਖਲ ਵੀ ਹੋਣਾ ਪੈ ਰਿਹਾ, ਅਤੇ ਉਹ ਅਤੇ ਅੱਖਾਂ ਦੇ ਵਿੱਚ ਇਰੀਟੇਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਧੂੰਏ ਦੇ ਨਾਲ ਵੱਧ ਰਹੀ ਹੈ, ਇਸ ਕਰਕੇ ਅੱਖਾਂ ਦੀ ਡਾਕਟਰਾਂ ਦੇ ਕੋਲ ਵੀ ਇਸ ਦੇ ਮਰੀਜ਼ ਵੱਧ ਗਏ ਨੇ। ਨਹੀਂ, ਇਹ ਹਰੇਕ ਉਮਰ ਦੇ ਵਿੱਚ ਹੀ ਅਟੈਕ ਹੋ ਰਿਹਾ, ਅੱਖਾਂ ਦੇ ਮਰੀਜ਼ ਨੇ ਜਿਹੜੇ ਅਤੇ ਸਾਹ ਦੇ ਮਰੀਜ਼ ਨੇ ਬੱਚੇ ਦੇ ਵਿੱਚ ਵੀ ਵੱਧ ਗਏ ਨੇ, ਅਤੇ 40 ਸਾਲ ਦੀ ਉਮਰ ਤੱਕ ਕਾਫੀ ਮਰੀਜ਼ ਇਸ ਬਿਮਾਰੀਆਂ ਦੇ ਨਾਲ ਵੱਧ ਗਏ ਨੇ। ਸਾਡੇ ਵਾਸਤੇ ਤਾਂ ਇਹ ਆਮ ਗੱਲ ਹੈਗੀ ਹੈ, ਡਾਕਟਰਾਂ ਦੀ ਡਿਊਟੀਆਂ ਲੱਗੀਆਂ ਹੋਈਆਂ ਪਹਿਲਾਂ ਹੀ। ਅੱਖਾਂ ਵਾਲੇ ਡਾਕਟਰ ਸਾਹਿਬ ਸਾਡੇ ਰੁਕਦਮਨ ਬਾਵਾ 106 ਨੰਬਰ ਕਮਰੇ 'ਚ ਹਰ ਟਾਈਮ ਉਪਲਬਧ ਨੇ, ਅਤੇ ਸਾਹ ਦੇ ਮਰੀਜ਼ਾਂ ਨੂੰ ਦੇਖਣ ਲਈ ਮੈਡੀਸਨ ਦੇ 3 ਡਾਕਟਰ ਅਤੇ ਚੈਸਟ ਦੇ ਡਾਕਟਰ ਵੀ ਸਾਡੇ ਉਪਲਬਧ ਨੇ। ENG ਦੇ ਡਾਕਟਰ ਸਾਹਿਬ ਵੀ ਇਹੀ ਪੇਸ਼ੈਂਟ ਜਿਹੜੇ ਨੇ ਦੇਖ ਸਕਦੇ ਨੇ। You are watching Channel Y, Channel Y, a South Asian Canadian channel.